ਇੰਨੀ ਬੁਰੀ ਤਰੀਕੇ ਨਾਲ ਫੇਲ ਹੋ ਚੁੱਕੀ ਹੈ, ਪਿੱਟ ਚੁੱਕੀ ਹੈ ਕਿ ਮੌਜੂਦਾ ਕਾਂਗਰਸ ਦੀ ਲੀਡਰਸ਼ਿਪ ਨੂੰ, ਲੀਡਰਸ਼ਿਪ ਦਾ ਮਤਲਬ ਮੁੱਖ ਮੰਤਰੀ ਸਾਹਿਬ ਅਤੇ ਉਹਨਾਂ ਦੇ ਮੰਤਰੀ ਅਤੇ ਜਾਖੜ ਸਾਹਿਬ, ਕਿਉਂਕਿ ਉਹ ਪ੍ਰਧਾਨ ਹੈ, ਉਹਨਾਂ ਨੂੰ ਆਪਦੀ ਗੱਲ 'ਤੇ ਭਰੋਸਾ ਨਹੀਂ, ਤਦੇ ਅੰਮ੍ਰਿਤਸਰ ਵਾਸਤੇ ਡਾਕਟਰ ਮਨਮੋਹਨ ਸਿੰਘ ਜੀ ਨੂੰ ਲੈਣ ਗਏ। ਮਗਰ ਡਾਕਟਰ ਮਨਮੋਹਨ ਸਿੰਘ ਜੀ ਸਿਆਣੇ ਰਹੇ, ਉਹਨਾਂ ਨੇ ਮਹਿਸੂਸ ਕੀਤਾ ਕਿ ਚੋਣ ਮੈਨੀਫੈਸਟੋ ਵੇਲੇ ਵੀ ਮੈਨੂੰ ਇਸ ਤਰ੍ਹਾਂ ਲਿਆ ਕੇ ਮੇਰੇ ਤੋਂ ਵਾਅਦਾ ਜ਼ਰੂਰ ਕਰਾਤਾ ਅਤੇ ਇੱਕ ਵਾਅਦਾ ਵੀ ਉਹਦੇ 'ਚੋਂ ਪੂਰਾ ਨਹੀਂ ਕੀਤਾ। ਅਤੇ ਮੈਂ ਲੋਕਾਂ ਨਾਲ ਧੋਖਾ ਨਹੀਂ ਕਰ ਸਕਦਾ, ਉਹਨਾਂ ਨੇ ਸਾਫ਼ ਇਨਕਾਰ ਕਰਤਾ ਕਿ ਨਹੀਂ ਜੀ ਮੈਂ ਨਹੀਂ ਲੜਨੀ। ਮਗਰ ਮੈਨੂੰ ਹੈਰਾਨਗੀ ਇਹ ਹੁੰਦੀ ਹੈ ਕਿ ਜਿਹੜਾ ਬੰਦਾ ਆਪਦੇ ਘਰੋਂ ਰਿਜੈਕਟਿਡ ਹੋਵੇ, ਹੁਣ ਜਾਖੜ ਸਾਹਿਬ ਨੂੰ ਅਬੋਹਰ ਦੇ ਲੋਕਾਂ ਨੇ ਵਿਹਲਾ ਕਰਤਾ ਅਤੇ ਉਹ ਅਬੋਹਰ ਛੱਡ ਕੇ ਜਿਹੜਾ ਆਪਦੇ ਘਰ 'ਚ ਫੇਲੀਅਰ ਹੋ ਗਿਆ, ਅੱਜ ਉਹ ਆ ਕੇ ਗੁਰਦਾਸਪੁਰ ਤੋਂ ਚੋਣ ਲੜ ਰਹੇ ਆ, ਫਿਰ ਕਹਿ ਰਹੇ ਕਿ ਕਾਂਗਰਸ ਦੀ ਕਾਰਗੁਜ਼ਾਰੀ ਬੜੀ ਚੰਗੀ। ਜੇ ਐਡੀ ਚੰਗੀ ਹੈ ਤਾਂ ਹਿੰਮਤ ਵਿਖਾਓ, ਮੈਂ ਚੈਲੰਜ ਦਿੰਦਾ, ਜਾ ਕੇ ਫਿਰੋਜ਼ਪੁਰ ਤੋਂ ਚੋਣ ਲੜੋ ਆਪਣੇ ਘਰ 'ਚੋਂ ਅਤੇ ਲੋਕ ਫੈਸਲਾ ਕਰ ਲੈਣਗੇ, ਤੋਂ ਲੋਕ ਸਭਾ ਲੜੋ ਜੇ ਹਿੰਮਤ ਹੈ। ਮਗਰ ਮੈਂ ਤੁਹਾਨੂੰ ਸਪਸ਼ਟ ਕਰਦਾ, ਉਹਨਾਂ ਨੇ ਲੜਨੀ ਨਹੀਂ, ਉਹ ਮੈਦਾਨ ਉੱਥੋਂ ਛੱਡ ਕੇ ਭੱਜ ਚੁੱਕੇ।